ਮਨਸ਼ਾ ਯਾਦੀ ਕਹਾਣੀ ਹੈ ਵਗਦਾ ਪਾਣੀ ਮੈਂ ਵਾਣੀਆਂ ਚ ਘਿਰਿਆ ਹੋਇਆ ਤਰੱਕੇ ਹੋਏ ਪਾਣੀ ਦਾ ਇੱਕ ਛੱਪੜ ਕਿਸੇ ਖਾਲ ਜਾਂ ਨਾਲ ਦੇ ਸਜਰੇ ਪਾਣੀ ਦਿਆਂ ਤੁਬਕਿਆਂ ਨੂੰ ਤਰਸਦਾ ਇੱਕੋ ਜੀ ਅੰਤਰ ਕਾਲਾਂ ਤੇ ਨਮਾਸ਼ਾਂ ਉਹ ਘਰ ਉਹ ਵੇੜਾ ਉਹ ਸ਼ਹਿਰ ਤੇ ਸੜਕਾਂ ਪਰਤ ਪਰਤ ਕੇ ਉਹ ਮਦਾਰੀਆਂ ਵਰਗੇ ਚਤਰ ਚਲਾਕ ਬੰਦੇ ਤੇ 12 ਤਾਲਣ ਸੁਆਣੀਆਂ ਮਨਾਫਕਤ ਨਾਲ ਲੱਭੀਆਂ ਹੋਈਆਂ ਸੂਰਤਾਂ ਖੁਦ ਗਰਜ਼ੀ ਦੇ ਜਾਲੇ ਸਾਜ਼ਿਸ਼ਾਂ ਦੇ ਡੋਰ ਉਹੋ ਟੰਗਾ ਖਿੱਚਣ ਤੇ ਮੇਰੇ ਬਹਿਣ ਖਲੋਣ ਦੀਆਂ ਥਾਵਾਂ ਤੇ ਕੁੱਕੜੀਆਂ ਵਾਂਗੂ ਵਿੱਠਾਂ ਕਰਦੇ ਸੱਜਣ ਉਹੋ ਹਰ ਰੋਜ਼ ਇੱਕੋ ਤਰ੍ਹਾਂ ਸੌਂ ਕੇ ਉੱਠਣਾ ਤੇ ਉਹੋ 70 70 ਕਰੂ ਪਿਛਾਟ ਕੇ ਇੱਕ ਦੂਜੀ ਨਾਲ ਟਕਰਾਂ ਮਾਰਦੀਆਂ ਕੰਧਾਂ ਭੱਜੋ ਭੱਜ ਦਫ਼ਤਰ ਲਈ ਤਿਆਰ ਹੋਣਾ ਉਹੋ ਮੇਜ਼ ਤੇ ਉਹੋ ਇੱਕੋ ਜਿਹਾ ਨਾਸ਼ਤਾ ਉਹੋ ਦਫ਼ਤਰ ਉਹੋ ਮਤਾੜਵਲ ਤੱਕ ਦੇ ਗਿਰਜ ਵਰਗੀਆਂ ਉਤਲੇ ਅਫਸਰਾਂ ਦੀਆਂ ਅੱਖਾਂ ਉਹੋ ਫਾਈਲਾਂ ਇੱਕੋ ਜੇ ਅਗ ਲੱਛੇ ਹੋਏ ਲਫ਼ਜ਼ਾਂ ਨਾਲ ਉਹਨਾਂ ਦਾ ਢਿੱਡ ਭਰਨਾ ਬਾਹਰੋਂ ਥੱਕ ਕੇ ਘਰ ਆਉਣਾ ਤੇ ਘਰੋਂ ਆਕ ਕੇ ਬਾਹਰ ਨਿਕਲ ਜਾਣਾ ਜਿਹੜਾ ਕੰਮ ਕਰਦਾ ਲੱਗਦਾ ਸਦੀਆਂ ਤੋਂ ਇਹੋ ਕਰ ਰਹੇ ਹਾਂ ਦਫ਼ਤਰ 'ਚ ਟੈਲੀਫੋਨ ਸੁਣਨ ਲੱਗਿਆ ਹੈਲੋ ਕਹਿੰਦਾ ਤੇ ਲੱਗਦਾ ਜਿਉਂ ਦਾ ਜੰਮਿਆ ਹੈਲੋ ਹੈਲੋ ਕਰ ਰਿਹਾ ਡੀਪੂ ਤੋਂ ਆਟਾ ਲੈਣ ਜਾਂਦਾ ਤੇ ਜਾਪਦਾ ਜਦੋਂ ਦੀ ਝੰਡ ਲੱਥੀ ਆਟਾ ਲੈਣ ਲਈ ਲਾਈਨ 'ਚ ਲੱਗਾ ਹੋਇਆ ਤੇ ਕਦੀ ਵਾਰੀ ਨਹੀਂ ਆਉਂਦੀ ਮੂੰਹ ਦਾ ਸੁਆਦ ਬਦਲਣ ਲਈ ਕਿਸੇ ਯਾਰ ਬੇਲੀ ਦੇ ਘਰ ਜਾਂਦੇ ਤੇ ਉੱਥੇ ਵੀ ਉਹੀ ਸਭ ਕੁਝ ਪੁਰਾਣਾ ਤੇ ਹੰਡਾਇਆ ਹੋਇਆ ਜਾਂਪਦਾ ਉਹ ਮੇਜ਼ਾਂ ਕੁਰਸੀਆਂ ਉਹ ਉਹਨਾਂ ਦੀ ਵੇਖੀ ਵਰਤੀ ਹੋਈ ਤਰਕੀਬ ਇੱਕੋ ਜਿਹੀ ਗੱਲਾਂ ਦੇ ਮੌਜੂ ਉਹ ਹਰ ਘਰ ਦਾ ਆਪਣਾ ਹਵਾਂਗ ਇੱਕੋ ਜਿਹੀ ਚਾਹ ਦੇ ਤੇ ਚਾਹ ਦੇ ਭਾਂਡੇ ਉਸੇ ਤਰ੍ਹਾਂ ਆਗ ਲਿਆ ਹਰ ਵਾਰੀ ਉੱਤੋਂ ਵੜੀ ਚਾਹ ਨਾਲ ਮਿਲਣਾ ਤੇ ਕੈਰ ਮੇਰ ਪੁੱਛਣਾ ਤੇ ਉਤਰਾਂ ਦੇ ਬਨਾਵ ਇਤਿਹਾਸੇ ਇੰਜ ਲੱਗਦਾ ਜਿਵੇਂ ਸਭੋ ਕੁਝ ਜ਼ਬਾਨੀ ਯਾਦ ਹੋ ਗਿਆ ਅਕੇਵੇਂ ਤਸਕੀਵੇਂ ਦੇ ਮੀਨ ਤੋਂ ਬਚਣ ਲਈ ਮੈਂ ਨਿਤ ਨਵੀਆਂ ਮਸ਼ਰੂਫੀਆਂ ਤਾਂ ਤਾਂ ਵਿਢਦਾ ਦਾਦੀ ਚੁੱਪ ਵਿੱਚ ਪੱਤਰ ਵੀ ਹਿੱਲੇ ਤੇ ਉਹਦਾ ਖੜਾਕ ਤਰ੍ਹਾਂ ਕੱਢ ਦਿੰਦਾ ਹੈ ਗੂੜੇ ਹਨੇਰੇ ਚ ਟਟੈਣਾ ਵੀ ਦੇਵਾ ਜਾਪਦਾ ਮੈਂ ਘਰ ਚ ਕੱਪੜੇ ਟੰਗਣ ਦੀ ਨਵੀਂ ਕਿਲੀ ਲਿਆ ਕੇ ਠੋਕਦਾ ਜਾਂ ਵੀਵੀਨਾਂ ਨਵੇਂ ਛਾਬੇ ਜਾਂ ਕੰਦੂਰੀ ਵਿੱਚ ਰੋਟੀ ਲਿਆਉਂਦੀ ਤੇ ਝਟਕੂ ਲਈ ਘਰ ਨਵਾਂ ਨਵਾਂ ਜਾਪਣ ਲੱਗ ਪੈਂਦਾ। ਅਸੀਂ ਦੋਵੇਂ ਜੀ ਕਮਾਉਂਦੇ ਤੇ ਨਿੱਕੀਆਂ ਵੱਡੀਆਂ ਚੀਜ਼ਾਂ ਮੁੱਲ ਲਿਆ ਲਿਆ ਕੇ ਘਰ ਨੂੰ ਬੇਹਾ ਹੋਣ ਤੋਂ ਬਚਾਉਂਦੇ ਰਹਿੰਦੇ। ਪਰ ਹਰ ਛੇ ਦੇ 9 ਦਿਨ ਹੁੰਦੇ ਨੇ ਫੇਰ ਉਹ ਪੁਰਾਣੀ ਹੋ ਜਾਂਦੀ ਏ ਤੇ ਫੇਰ ਅਸੀਂ ਮੇਜ਼ਾਂ ਕੁਰਸੀਆਂ ਤੇ ਮੰਜਿਆਂ ਦੀ ਤਰਤੀਬ ਬਦਲ ਕੇ guzara ਕਰਦੇ। ਆਪਸ ਵਿੱਚ ਲੜ ਭੰਦੇ ਲੜਿਆ ਹੋਇਆ ਨਾਲ ਸੁਲਾਹ ਕਰ ਲੈਂਦੇ ਤੇ ਜਿਨ੍ਹਾਂ ਨਾਲ ਸੁਲਾਹ ਹੁੰਦੀ ਤਗਾਣੇ ਵੈਰ ਪਾ ਲੈਂਦੇ ਤਾਂ ਗੱਲ ਨਾ ਬਣਦੀ ਸਵਾਦ ਨਾ ਆਉਂਦਾ ਲੱਗਦਾ ਜਿਵੇਂ ਅਸੀਂ ਇੱਕ ਵੱਡੇ ਸਾਰੇ ਖੂਹ ਚ ਡੱਕੇ ਹੋਏ ਉਹਦੀਆਂ ਕੰਧਾਂ ਨੂੰ ਨੋਂਦਰਾ ਮਾਰਦੇ ਰਹਿੰਨੇ ਆ ਇੱਕ ਦਿੋਂ ਮੈਂ ਇੱਕ ਕਿਤਾਬ ਪੜ੍ਹੀ ਤੇ ਛੇਤੀ ਨਾਲ ਠੱਪ ਕੇ ਆਖਿਆ ਪਤਾ ਲੱਗਿਆ ਉਸ ਆਖਿਆ ਕਾਦਾ ਰੂਹਾਂ ਨੂੰ ਜਾਲਾ ਲੱਗਨ ਦਾ ਉਹ ਕਿਵੇਂ ਉਹ ਇਸ ਤਰ੍ਹਾਂ ਕਿ ਅਸੀਂ ਆਪਣੇ ਆਪ ਨੂੰ ਵਕਤ ਪਾਏ ਹੋਏ ਨੇ ਸਾਨੂੰ ਸਾਦਾ ਜ਼ਿੰਦਗੀ گزارਣੀ ਚਾਹੀਦੀ ਏ ਸਾਦਗੀ ਨਾਲ ਰਹਿਣਾ ਸਾਦਾ ਖਾਣਾ ਸਾਦਾ ਪੀਣਾ ਚਾਹੀਦਾ ਤੇ ਵਿਡਿਆਈ ਖੁਦ ਨਮਾਇਸ਼ੀ ਤੇ ਤਕਲਫਾਤ ਤੋਂ ਪਰਹੇਜ਼ ਕਰਨਾ ਚਾਹੀਦਾ ਤੇ ਇਸ ਉੱਤੇ ਸਾਨੂੰ ਅੱਜ ਤੋਂ ਹੀ ਇੱਕ ਨਵੀਂ ਹਿਆਤੀ ਦੀ ਬਿਸਮਿਲ੍ਲਾ ਕਰਨੀ ਚਾਹੀਦੀ ਏ ਉਹਨੇ ਆਖਿਆ ਕਿਉਂ ਨਾ ਛੁੱਟੀਆਂ ਲੈ ਕੇ ਪਿੰਡ ਟੁਰ ਜਾਈਏ ਤੇ ਕੁਝ ਦਿਨ ਬੇਤਕਲਫੀ ਦੀ ਸਾਦਾ ਤੇ ਫਤਰੀ ਜ਼ਿੰਦਗੀ گزارੀਏ ਤੇ ਉਹਦੀ ਆਦਤ ਪਾਈਏ ਮੈਂ ਆਖਿਆ ਬਿਲਕੁਲ ਠੀਕ ਏ ਮੈਨੂੰ ਪਿੰਡ ਗਿਆ ਨੂੰ ਕਿੰਨੇ ਹੀ ਸਾਲ ਹੋ ਗਏ ਨੇ ਤੇ ਪਿੰਡ ਵਾਲੇ ਜਦੋਂ ਆਉਂਦੇ ਨੇ ਸ਼ਿਕਾਇਤ ਕਰਦੇ ਨੇ ਖੋਰੇ ਆਬੋ ਹਵਾ ਦੀ ਤਬਦੀਲੀ ਨਾਲ ਬਦਬੋਹ ਦਾ ਇਹ ਅਹਿਸਾਸ ਘਟ ਜਾਏ ਜਿਹੜਾ ਇੱਕੋ ਸ਼ਹਿਰ 'ਚ ਰਹਿੰਦੇ ਆਂ ਤੋਂ ਇੱਕੋ ਜੇ ਬਾਹਰੋਂ ਲਿਸ਼ਕਦੇ ਪਰ ਅੰਦਰੋਂ ਲੀਰਾਂ ਲੱਤੇ ਲੋਕਾਂ 'ਚ ਰਹਿੰਦੇ ਆਂ ਸਾਨੂੰ ਦਿਉ ਰਤੀ ਘੇਰੀ ਰੱਖਦਾ ਉਹਨੇ ਆਖਿਆ ਬਣਾਓ ਪ੍ਰੋਗਰਾਮ ਮੈਂ ਵੀ ਇੱਕੋ ਜੇ ਭਾਂਡਿਆਂ 'ਵਿਚਾ ਲੂ ਗੋਸਤ ਤੇ ਗੋਸਤ ਥਾਲੂ ਪਕਾ ਪਕਾ ਕੇ ਅੱਕ ਗਈਆਂ ਤੁਹਾਡੀ ਸਾਦਗੀ ਵਾਲੀ ਗੱਲ ਬੜੀ ਅੱਛੀ ਏ ਇਦੀ ਬਿਸਮਿਲ੍ਲਾ ਅੱਜ ਤੋਂ ਹੀ ਹੋਣੀ ਚਾਹੀਦੀ ਐ ਤੇ ਤੁਸੀਂ ਦੱਸੋ ਕਦੋਂ ਤਿਆਰੀ ਕਰਾਂ ਪਿੰਡ ਜਾਣ ਦੀ ਹੁਣੇ ਤੋਂ ਮੈਂ ਆਖਿਆ ਤੇ ਪਿੰਡ ਜਾਣ ਦੀ ਤਿਆਰੀ ਸ਼ੁਰੂ ਹੋਈ ਪੈਸੇ ਟਕੇ ਦਾ ਹਿਸਾਬ ਕੀਤਾ ਤੇ ਅਸੀਂ ਆਪਣੇ ਆਪਣੇ ਦਫ਼ਤਰਾਂ 'ਚ ਛੁੱਟੀ ਲਈ ਅਰਜ਼ੀਆਂ ਦੇ ਦਿੱਤੀਆਂ ਤੇ ਮਨਜ਼ੂਰ ਕਰਾਈਆਂ ਰੇਲਕਾਰ ਦੀਆਂ ਸੀਟਾਂ ਬੁੱਕ ਕਰਾਈਆਂ ਤੇ ਇੱਕ ਦੋਸਤ ਨੂੰ ਆ ਕੇ ਇੱਕ ਇਤਬਾਰੀ ਕਿਸਮ ਦਾ ਬੰਦਾ ਲੱਭਿਆ ਜਿਹੜਾ ਸਾਡੇ ਪਿੱਛੋਂ ਘਰ ਦੀ ਚੌਕੀਦਾਰੀ ਕਰੇ ਉਹਨੂੰ 2 ਦਿਨ ਪਹਿਲਾਂ ਬੁਲਾ ਕੇ ਸਭ ਕੁਝ ਸਮਝਾ ਦਿੱਤਾ ਪੀ ਪਾਣੀ ਦੀ ਟੂਟੀ ਤੇ ਸੂਈ ਗੈਸ ਦਾ ਚੁੱਲਾ ਕਿਵੇਂ ਬੰਦ ਕਰੀਦਾ ਹੈ ਉਹਨੂੰ ਪੱਕੀ ਕੀਤੀ ਵੀ ਉਹ ਰਾਤ ਨੂੰ ਬਹੁਤ देर ਬੱਤੀ ਨਾ ਬਾਲੇ ਰੱਖਿਆ ਕਰੇ ਦੁੱਧ ਵਾਲੇ ਤੋਂ ਇੱਕ ਪਾਤੋਂ ਵੱਧ ਦੁੱਧ ਨਾ ਲਵੇ ਅਖਬਾਰ ਵਾਲੇ ਨੂੰ ਮਨਾ ਕਰ ਦਿੱਤਾ ਹੈ ਵੀ ਉਹ ਕੁਝ ਦਿਨਾਂ ਲਈ ਅਖਬਾਰ ਬੰਦ ਕਰ ਦੇ ਪਰ ਜੋ ਗਲਤੀ ਨਾਲ ਸੁੱਟ ਜਾਏ ਤੇ ਉਹਦੀ ਦੁਕਾਨ ਤੇ ਪਰਤਾ ਆਇਆ ਕਰੇ ਕੁਕੜੀ ਨੂੰ ਦਾਣਾ ਪਾਉਂਦਾ ਰਹੇ ਤੇ ਕਸਾਈ ਦੀ ਦੁਕਾਨ ਤੋਂ ਛਿਛੜੇ ਲਿਆ ਕੇ ਬਿੱਲੀ ਤੇ ਕੁੱਤੇ ਨੂੰ ਪਾਉਣਾ ਨਾ ਭੁੱਲੇ ਅਸਾਂ ਉਹਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ਡਾਕ ਸੰਭਾਲ ਕੇ ਕਿੱਥੇ ਰੱਖਣੀ ਹੈ, ਬਰੰਗ ਖਤ ਕਿਸ ਤਰ੍ਹਾਂ ਵਾਪਸ ਕਰਨੇ ਨੇ ਤੇ ਜੇ ਕੋਈ ਪ੍ਰਾਣਾ ਆ ਜਾਏ ਤੇ ਉਹਦੇ ਰੁਤਬੇ ਦਾ ਪਤਾ ਕਿਵੇਂ ਲਾਣਾ ਤੇ ਉਹਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਨਾ ਹੈ। ਟੈਲੀਫੋਨ ਕੇ ਮੇ ਸੁਣਨਾ ਹੈ ਕਿ ਜਵਾਬ ਦੇਣਾ ਹੈ ਤੇ ਰੋਂਗ ਨੰਬਰ ਨਾਲ ਕਿਵੇਂ ਨਿਭੜਨੇ। ਚੌਕੀਦਾਰ ਚੰਗਾ ਤੇ ਭਲਾ ਮਾਨਸ ਬੰਦਾ ਚਾਹੀਦਾ ਸੀ ਪਰ ਫਿਰ ਵੀ ਅਸਾ ਗਵਾਂਢੀਆਂ ਵੱਡੋ ਵੱਡ ਪੱਕੇ ਕਰ ਦਿੱਤੇ ਕਿ ਉਹ ਸਾਡੇ ਘਰ ਤਾ ਤੇ ਚੌਕੀਦਾਰ ਦਾ ਖਿਆਲ ਰੱਖਣ ਤੇ ਉਹਦੀ ਨਿਗਰਾਨੀ ਕਰਦੇ ਰਹਿਣ ਕਿ ਉਹ ਆਪਣੀ ਡਿਊਟੀ ਠੀਕ ਦਿੰਦਾ ਹੈ ਕਿ ਨਹੀਂ ਆਉਂਦੇ ਜਾਂ ਜਾਂਦੇ ਆ ਉਹਦੇ ਨਾਲ ਸਵਾਲ ਜਵਾਬ ਕਰਦੇ ਰਹਿਣ ਤੇ ਜੇ ਕੋਈ ਗੱਲ ਹੋਠਾਂ ਉੱਤੇ ਹੋ ਜਾਏ ਤੇ ਸਾਨੂੰ ਪਿੰਡ ਦੇ ਪਤੇ ਤੇ ਤਾਰ ਦੇਣ ਇਹਦੇ ਪਿੱਛੇ ਸਮਾਨ ਭੱਜਣ ਲੱਗ ਪਿਆ ਬਾਲਾਂ ਲਈ ਉੱਚੇ-ਚੇੇ ਕੁਝ ਕੱਪੜੇ ਅਜਿਹੇ ਕੱਪੜੇ ਖਰੀਦੇ ਜਿਹੜੇ ਪਿੰਡ ਦੀਆਂ ਚਿੱਕੜ ਭਰੀਆਂ ਗਲੀਆਂ ਤੇ ਧੂੜ ਮਿੱਟੀ 'ਚ ਕੰਮ ਦੇਣ ਆਪਣੇ ਲਈ ਅਸਾ ਸੁੱਚੇ ਤੇ ਕੀਮਤੀ ਕੱਪੜਿਆਂ ਤੋਂ ਅੱਡ ਕੁਝ ਸਾਦੇ ਤੇ ਮਾਮੂਲੀ ਕੱਪੜੇ ਵੀ ਰੱਖ ਲੈ। ਤੌਲੀਏ, ਜੁਰਾਬਾਂ, ਅੰਡਰਵੇਅਰ, ਮਫਲਰ, ਕੰਬਲ, ਟਾਇਆਂ, ਅਜ਼ਾਰਬੰਦ, ਸੂਟ, ਕੋਟ, ਪਤਲੂਨ, ਸਵੈਟਰ, ਕੋਟੀਆਂ, ਪਜਾਮੇ, ਸਲਵਾਰਾਂ ਤੇ ਹਰ ਤਰ੍ਹਾਂ ਦੀਆਂ ਜੁੱਤੀਆਂ। ਪਤਾ ਨਹੀਂ ਕਿਹੜੀ ਸ਼ੈ ਦੀ ਕਦੋਂ ਲੋੜ ਪੈ ਜਾਏ। ਨਾਲੇ ਅਸਾਖਰ ਮਾਂ ਪਿਓ ਦੇ ਨਗਰ 'ਚ ਡੱਕਿਆਂ ਤੇ ਨਹੀਂ ਸੀ ਰਹਿਣਾ। ਰਿਸ਼ਤੇਦਾਰਾਂ ਦੇ ਪਿੰਡ ਵਾਲੇ ਕੀ ਸੋਚਦੇ। ਪੀਏ ਨਕੁਲ ਬਸ ਇਹੋ 2-4 ਜੋੜੇ ਕੱਪੜਿਆਂ ਦੇ ਨੇ ਜਿਨ੍ਹਾਂ ਨੂੰ ਵਟਾ-ਵਟਾ ਪਾਉਂਦੇ ਰਹਿੰਦੇ ਨੇ ਇਸ ਖਿਆਲ ਨਾਲ ਪਿੰਡ ਵਿੱਚ ਅੱਛੀ ਚਾਹ ਦੀ ਪੱਤੀ ਨਹੀਂ ਲੱਭਦੀ ਤੇ ਅਸੀਂ ਆਪਣੇ ਪਸੰਦ ਦੀ ਬ੍ਰਾਂਡ ਦੀ ਚਾਹ ਦੇ ਕੁਝ ਡੱਬੇ ਵੀ ਰੱਖ ਲਏ ਤੇ ਇਸ ਖਿਆਲ ਤੇ ਕਿ ਖਾਲਸ ਦੁੱਧ ਦੀ ਚਾਹ ਘੋਰੇ ਵਾਲਾਂ ਨੂੰ ਹਜਮ ਹੋਵੇ ਜਾਂ ਨਾ ਸਾਨੂੰ ਉਹਦੇ ਵਿੱਚੋਂ ਹਵਾ ਆਏ ਸੁੱਕੇ ਦੁੱਧ ਦਾ ਇੱਕ ਡੱਬਾ ਵੀ ਰੱਖ ਲਿਆ ਪਪੂ ਲਈ ਦੋ ਚਾਰ ਨਿੱਪਲ ਤੇ ਜਿਹੜੀ ਪੈ ਜਾਏ ਤਾ ਉਹਨੂੰ ਮਨਾਉਣ ਲਈ ਟਾਫੀਆਂ, ਬਿਸਕਟ ਤੇ ਚਿੰਗਮ ਵੀ ਤੇ ਸਗੋਂ ਕੁਝ ਪਕਾਨੇ ਵੀ ਰੱਖ ਲਏ। ਕਿਉਂਕਿ ਉਹ ਜਦੋਂ ਬਹੁਤ ਹੀ ੜੀ ਕਰਦਾ ਤੇ ਫਿਰ ਪਕਾਨਾ ਪਾੜ ਕੇ ਚੁੱਪ ਹੁੰਦਾ ਸੀ ਤੇ ਪਕਾਨਿਆਂ ਦੀ ਅਸੀਂ ਹਵਾ ਕੱਢ ਲਈ ਕਿਉਂਕਿ ਜੇ ਉਹਨਾਂ ਦੇ ਪਾਟਣ ਦਾ ਡਰ ਸੀ ਨਾਲੇ ਪਿੰਡ ਵਿੱਚ ਹਵਾ ਨਰੋਈ ਸੀ। ਪਿੰਡ ਦੀ ਨਿੱਕੀ ਜਿਹੀ ਹੱਟੇ ਤੇ ਚੀਜ਼ਾਂ ਵਸਤਾ ਚੰਗੀਆਂ ਨਹੀਂ ਮਿਲਦੀਆਂ। ਨਾਲ ਹੀ ਮੰਗੀਆਂ ਹੁੰਦੀਆਂ ਨੇ ਤੇ ਇਸ ਲਈ ਕੱਪੜੇ ਧੋਣ ਦਾ ਪਾਊਡਰ ਨਹਾਉਣ ਵਾਲਾ ਸਾਬਣ ਸ਼ੈਂਪੂ హెయిర్ ਟੋਨਿਕ ਤੇ హెయిర్ ਕਰੀਮ ਸ਼ੇਵਿੰਗ ਕਰੀਮ ਤੇ ਮੇਕਅਪ ਦਾ ਸਮਾਨ ਵੀ ਨਾਲ ਰੱਖ ਲਿਆ। ਟ੍ਰਾਂਜਿਸਟਰ ਤੇ ਟੇਪ ਰਿਕਾਰਡਰ ਤੇ ਖੈਰ ਬਹੁਤ ਹੀ ਜ਼ਰੂਰੀ ਸਨ। ਤੇ ਅਸਾਂ ਪਿੰਡ ਵਿੱਚ گزارੇ ਹੋਏ ਦਿਨਾਂ ਨੂੰ ਯਾਦ ਰੱਖਣ ਲਈ ਕੈਮਰੇ 'ਚ ਨਵੀਂ ਫਿਲਮ ਵੀ ਪਵਾ ਲਈ। ਵੱਡੇ ਮੁੰਡੇ ਨੂੰ ਬੰਦੂਕ ਦਾ ਧਮਾਕਾ ਸੁਣਨ ਦਾ ਬੜੇ ਚਿਰ ਤੋਂ ਚਾਹ ਸੀ। ਇਸ ਲਈ ਕੁਝ ਕਾਰਤੂਸ ਤੇ ਬੰਦੂਕ ਵੀ ਲੈ ਲਈ। ਕੀ ਪਤਾ ਕੋਈ ਸ਼িকার ਵਕਾਰ ਇਲਾ ਬਜਾਏ ਤੇ ਪਿੰਡ ਚ ਜੁੱਤੀਆਂ ਚੇਤੀ ਖਰਾਬ ਹੋ ਜਾਂਦੀਆਂ ਨੇ ਤੇ ਇਸ ਲਈ ਵੱਖਰੇ ਵੱਖਰੇ ਰੰਗ ਦੀ ਬੂਟ ਪਾਲਿਸ਼ ਪੜਨ ਲਿਖਨ ਦਾ ਸਮਾਨ ਰਾਈਟਿੰਗ ਪੈਡ ਦੋ ਚਾਰ ਬਾਲ ਪੁਆਇੰਟ ڈاک ਦੇ ਲਫਾਫੇ ਟਿਕਟਾਂ ਤੇ ਉੱਥੇ ਬਹਿ ਕੇ ਦੋਸਤਾਂ ਤੇ ਵਾਕਫਕਾਰਾਂ ਨੂੰ ਖਤ ਲਿਖਾਂਗੇ ਤੇ ਪਿੰਡ ਦੀ ਸਾਦਾ ਜ਼ਿੰਦਗੀ ਤੇ ਰਹਿਣ ਸਹਿਣ ਤੇ ਪ੍ਰੇਰਾਂਗੇ ਪੜ੍ਹੇ ਲਿਖੇ ਬੰਦੇ ਲਈ ਜ਼ਰੂਰੀ ਹੁੰਦਾ ਪਿਓ ਪੜਦਾ ਲਿਖਦਾ ਨਜ਼ਰ ਆਈ ਮੁਡਪਿੰਡ ਦੇ ਅਖਬਾਰ ਲੱਭਣ ਦੀ ਤੇ ਕੋਈ ਉਮੀਦ ਹੀ ਨਹੀਂ ਸੀ ਤੇ ਇਸ ਲਈ ਅਸਾ ਕੁਝ ਰਸਾਲੇ ਸ਼ਾਇਰੀ ਤੇ ਅਫਸਾਨਿਆਂ ਦੇ ਮਜ਼ਮੂਏ ਤੇ ਅੰਗਰੇਜ਼ੀ ਦੇ ਕੁਝ ਨਾਵਲ ਜਿਨ੍ਹਾਂ ਨੂੰ ਸਿਰਫ ਸਜਾਵਟ ਤੇ ਧਰਮ ਰੱਖਣ ਲਈ ਖਰੀਦ ਕੇ ਸ਼ੈਲਫ 'ਤੇ ਰੱਖਿਆ ਸੀ ਨਾਲ ਰੱਖ ਲਈ ਪਿਵੇਲ ਹੋਣੀ ਹੈ ਤੇ ਪੜਾਂਗੇ ਨਾਲੇ ਲੋਕਾਂ ਨੂੰ ਹੈਰਾਨ ਕਰਾਂਗੇ ਕਿ ਐਡੀਆਂ ਮੋਟੀਆਂ-ਮੋਟੀਆਂ ਕਿਤਾਬਾਂ ਦੇ ਇੰਨੇ ਬਰੀਕ ਲਫ਼ਜ਼ ਕਿਸ ਤਰ੍ਹਾਂ ਪੜ ਲੈਂਦੇ ਨੇ ਬੀਬੀ ਨੂੰ ਕਦੇ-ਕਦੇ ਪਿੱਤੇ ਦਾ ਦਰਦ ਹੋ ਜਾਂਦਾ ਸੀ ਇਸ ਲਈ احتیاط ਦੇ ਤੌਰ ਤੇ ਫੌਰੀ ਅਸਰ ਕਰਨ ਵਾਲੀਆਂ ਗੋਲੀਆਂ ਦੀ ਇੱਕ ਸ਼ੀਸ਼ੀ ਨਿੱਕੇ ਦੀ ਖੰਗ ਦਾ ਸਰਪ ਕਿਉਂ ਜੋ ਜੇ ਗੰਨੇ ਚੂਪ ਕੇ ਤੇ ਬਾਦੀ ਚੀਜ਼ਾਂ ਖਾ ਕੇ ਖੰਗ ਲੱਗ ਸਕਦੀ ਏ ਤੇ ਸਗੋਂ ਥਰਮਾਮੀਟਰ ਵੀ ਰੱਖ ਲਿਆ ਪਿੰਡ 'ਚ ਚੰਗੀ ਬ੍ਰਾਂਡ ਦੀ ਸਿਗਰਟ ਲੱਭਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਇਸ ਲਈ 2-3 ਕਾਰਟਨ ਸਿਗਰਟਾਂ ਦੇ ਅਮਰੀਕਾ ਪਲਟ ਇੱਕ ਦੋਸਤ ਕੋਲੋਂ ਤੋਹਫੇ 'ਚ ਮਿਲਿਆ ਹੋਇਆ ਗੈਸ ਲਾਈਟਰ ਤੇ ਉਹਦੀ ਗੈਸ ਦੀ ਇੱਕ ਕੁੱਪੀ ਵੀ ਬਾਲਾ ਨੂੰ ਨਾਸ਼ਤੇ ਵਿੱਚ ਡਬਲ ਰੋਟੀ ਖਾਣ ਦੀ ਆਦਤ ਸੀ ਇਸ ਲਈ ਕੁਝ ਡਬਲ ਰੋਟੀਆਂ ਦੇ ਰਸ ਵੀ ਰੱਖ ਲੈ। ਕਸਟਰਡ ਪਾਊਡਰ, ਰੁਮਾਲੀ ਸੇਵੀਆਂ, ਕੁਝ ਡਰਾਈ ਫਰੂਟ, ਸਾਂਝ ਵੀ ਪਿੰਡ ਵਾਲਿਆਂ ਵਾਸਤੇ ਲੈ ਜਾਣੇ ਸੀ ਤੇ ਘਰ 'ਚ ਡਿੱਪੂ ਤੋਂ ਮੰਗਾ ਕੇ ਰੱਖੀ ਹੋਈ ਸਾਰੀ ਚੀਨੀ ਵੀ ਰੱਖ ਲਈ। ਸੋ ਬੀਬੀ ਨੇ ਪੁਰਾਣੇ ਡਿਜ਼ਾਈਨ ਤੇ ਫੈਸ਼ਨ ਦੀ ਕਰੋਕਰੀ ਵੀ ਇੱਕ ਵੱਡੇ ਸਾਰੇ ਡੱਬੇ ਚ ਬੰਦ ਕਰਕੇ ਨਾਲ ਰੱਖ ਲਈ ਉਹਦਾ ਖਿਆਲ ਸੀ ਉਹ ਇਹ ਕਰੋਕਰੀ ਪਿੰਡੇ ਛੱਡ ਆਏਗੀ ਤੇ ਆਉਂਦੀ ਵਾਰੀ ਡੱਬੇ ਚ ਚਾਵਲ ਭਰ ਲਿਆਏਗੀ ਤੇ ਜਿਹੜੇ ਦਿਨ ਅਸੀਂ ਜਾਣਾ ਸੀ ਉਸ ਰਾਤੀ ਮੀਂਹ ਪੈ ਗਿਆ ਗੱਡੀ ਤੋਂ ਲੈ ਕੇ ਪਿੰਡ ਜਾਣ ਲਈ ਲਾਰੀ ਦਾ ਸਫ਼ਰ ਕਰਨਾ ਪੈਂਦਾ ਸੀ ਤੇ ਇਹੋ ਜੇ ਮੌਸਮ ਚ ਲਾਰੀ ਦੇ ਤਿਲਕਣ ਤੇ ਐਕਸੀਡੈਂਟ ਹੋਣ ਦਾ ਡਰ ਸੀ ਕਿ ਇਸ ਰੇਲਕਾਰ ਦੇ ਟਿਕਟ ਵਾਪਸ ਕੀਤੇ ਤੇ ਰੇਲਵੇ ਦੇ ਇੱਕ ਵੱਡੇ ਅਫਸਰ ਤੋਂ ਸਿਫਾਰਿਸ਼ ਕਰਾ ਕੇ 2 ਦਿਨ ਪਿੱਛੋਂ ਦੀਆਂ ਸੀਟਾਂ ਬੁੱਕ ਕਰਾਈਆਂ ਪਰ ਉਸੇ ਸ਼ਾਮ ਹੀ ਅਚਨਚੇ ਤੱਬੇ ਹੋਰੀ ਆ ਗਏ ਉਹਨਾਂ ਦੇ ਜਿਸਮ ਤੇ ਮੈਲੇ ਜਿਹੇ ਕੱਪੜੇ ਵੇਖ ਕੇ ਲੱਗਦਾ ਸੀ ਜਿਵੇਂ ਹਲਵਾਉਂਦੇ ਆ ਜਾਂ ਪਟੇਕ ਉਤਰਦੇ ਆ ਉਹ ਕੋਈ ਭੈੜੀ ਖਬਰ ਸੁਣ ਕੇ ਉੱਠ ਖਲੋਤੇ ਤੇ ਕੱਪੜੇ ਬਦਲਿਆਂ ਬਗੈਰ ਆ ਗਏ ਤੇ ਉਹਨਾਂ ਕੋਲ ਕੋਈ ਸਮਾਨ ਨਹੀਂ ਸੀ ਸਾਡਾ ਤਰਾਹ ਨਿਕਲ ਗਿਆ ਖੈਰ ਹੋਵੇ ਸਹੀ ਸਲਾਮ ਦੁਆ ਤੋਂ ਬਾਅਦ ਪੁੱਛਿਆ ਤੇ ਕਹਿਣ ਲੱਗੇ ਅੱਜ ਸਵੇਰੇ ਗੋਡੀ ਕਰਦੇ ਆ ਚੰਚੇ ਤੁਹਾਨੂੰ ਤੇ ਬਾਲਾਂ ਨੂੰ ਵੇਖਣ ਲਈ ਦਿਲ ਹੁਸੜਿਆ ਮੈਂ ਘਰ ਜਾ ਕੇ ਤੁਹਾਡੀ ਮਾਂ ਨੂੰ ਦੱਸਿਆ ਕਿਰਾਇਆ ਲਿਆ ਕੇ ਟੁਰ ਪਿਆ ਸੋਚਿਆ ਆਪਣੇ ਘਰ ਤੇ ਚੱਲਿਆਂ ਧੰਨਵਾਦ